ਜੀ ਤੁਹਾਡਾ ਨਾਮ ਕੀ ਹੈ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅਤੇ ਤੁਸੀਂ ਦੇਸ਼ ਵਾਸਤੇ ਕੀ ਕੁਰਬਾਨੀ ਕੀਤੀ ਹੈ? ਪਲੀਜ਼ ਤੁਸੀਂ ਆਪਣੇ ਬਾਰੇ ਦੱਸੋ। ਮੈਂ ਉਪਿੰਦਰ ਨਾਥ ਫਿਰੋਜ਼ਪੁਰ ਦਾ ਵਾਸੀ ਹਾਂ ਅਤੇ ਮੈਂ 1967 ਦੇ ਵਿੱਚ ਇੰਟੈਲੀਜੈਂਸ ਬਿਊਰੋ ਵਿੱਚ ਭਰਤੀ ਹੋਇਆ ਅਤੇ ਇੰਟੈਲੀਜੈਂਸ ਬਿਊਰੋ ਨੇ ਮੈਨੂੰ 3 ਮਹੀਨੇ ਦੀ ਟ੍ਰੇਨਿੰਗ ਦਿੱਤੀ ਬਾਈ ਡਿਫੈਂਸ ਰਿਸੋਰਸਿਸ ਬਾਰੇ ਅਤੇ 1967 ਦੇ 3 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ 1968 ਜਨਵਰੀ 'ਚ ਮੈਂ ਪਾਕਿਸਤਾਨ ਜਾਣਾ ਸ਼ੁਰੂ ਕੀਤਾ। ਜੋ ਵੀ ਮੈਨੂੰ ਸਰਕਾਰ ਨੇ ਖੁਫੀਆ ਰਿਪੋਰਟ ਲਿਆਉਣ ਵਾਸਤੇ ਮੇਰੀ ਡਿਊਟੀ ਲਾਈ ਗਈ, ਮੈਂ ਆਪਣੀ ਜਾਨ 'ਤੇ ਖੇਡਦਾ ਹੋਇਆ ਇਹ ਰਿਪੋਰਟ ਉੱਥੋਂ ਹਾਸਲ ਕਰਕੇ ਪਾਕਿਸਤਾਨ ਤੋਂ ਭਾਰਤ ਵਾਪਸ ਲੌਟਦਾ ਰਿਹਾ। ਆਖਿਰਕਾਰ ਮੈਂ 18 ਚੱਕਰ ਲਾਏ ਪਾਕਿਸਤਾਨ ਦੇ ਅਤੇ ਉੱਥੋਂ ਜੋ ਵੀ ਮੈਨੂੰ ਖੁਫੀਆ ਰਿਪੋਰਟ ਹਾਸਲ ਹੁੰਦੀ ਮੈਂ ਇਹਨਾਂ ਨੂੰ ਲਿਆ ਕੇ ਪੂਰੀ ਆਪਣੀ ਜਾਨ ਦੀ ਪਰਵਾਹ ਨਾ ਕਰਦਾ ਹੋਇਆ ਦੇਸ਼ ਵਾਸਤੇ ਇਹ ਕੰਮ ਕਰਦਾ ਰਿਹਾ। ਆਖਿਰਕਾਰ 1968 ਦਸੰਬਰ ਦੇ ਵਿੱਚ ਮੈਂ ਪਕੜਿਆ ਗਿਆ ਅਤੇ ਪਕੜੇ ਜਾਣ ਤੋਂ ਬਾਅਦ ਮੈਨੂੰ ਲਾਹੌਰ ਵਿੱਚ 596 FIU ਮਿਲਟਰੀ ਏਜੰਸੀ ਹੈ ਉਹਨਾਂ ਨੇ ਇੰਟੈਰੋਗੇਸ਼ਨ ਵਾਸਤੇ ਮੈਨੂੰ ਲੈ ਗਏ। 6 ਮਹੀਨੇ ਮੈਨੂੰ ਇੰਟੈਰੋਗੇਸ਼ਨ ਦੌਰਾਨ ਰੱਖਿਆ ਗਿਆ। ਜੋ ਵੀ ਉਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਮੇਰੇ ਨਾਲ ਤਸ਼ੱਦਦ ਕੀਤੀ, ਸਰਦੀਆਂ ਦਾ ਮੌਸਮ ਸੀ, ਸਾਨੂੰ ਸੌਣ ਦਾ ਬਿਲਕੁਲ ਸਮੇਂ ਨਹੀਂ ਦਿੱਤਾ ਜਾਂਦਾ ਸੀ ਅਤੇ ਰਾਤ ਨੂੰ ਬਰਫ਼ ਦੀਆਂ ਸਿੱਲੀਆਂ 'ਤੇ ਖੜ੍ਹਾ ਕਰ ਦਿੱਤਾ ਜਾਂਦਾ ਸੀਗਾ ਅਤੇ ਉਹ ਸਾਨੂੰ ਮਨਾਇਆ ਜਾਂਦਾ ਸੀਗਾ ਵੀ ਕੋਈ ਇੰਡੀਆ ਦੀ ਕੋਈ ਇਹੋ ਜਿਹੀ ਸੀਕਰੀ ਸੀ ਦੱਸੋ, ਅਸੀਂ ਇਸ ਬਾਰੇ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ। ਅਸੀਂ ਦਿਨ ਰਾਤ ਬਰਫ਼ ਦੀਆਂ ਸਿੱਲੀਆਂ 'ਤੇ ਖੜ੍ਹਨ ਕਰਕੇ ਮੇਰੇ ਪੈਰ ਉਂਗਲਾਂ ਜੋ ਕਿ ਅਜੇ ਤੱਕ ਵੀ ਨਹੀਂ ਠੀਕ ਹੋਈਆਂ ਉਹ ਖਰਾਬ ਹਨ ਅਤੇ ਅਖੀਰਕਾਰ 6 ਮਹੀਨੇ ਦੀ ਇੰਟੈਰੋਗੇਸ਼ਨ ਤੋਂ ਬਾਅਦ ਮੈਨੂੰ FIU ਨੇ 596 ਨੇ ਸ਼ਾਹੀ ਕਿਲ੍ਹਾ ਲਾਹੌਰ ਇੰਟੈਰੋਗੇਸ਼ਨ ਵਾਸਤੇ ਫਿਰ ਦੁਬਾਰਾ ਭੇਜ ਦਿੱਤਾ। 4 ਕੁ ਮਹੀਨੇ ਮੈਂ ਉੱਥੇ ਰਹਿਣ ਤੋਂ ਬਾਅਦ FIU 596 ਵਾਪਸ ਆਇਆ ਅਤੇ ਉਹਨਾਂ ਨੇ ਮੈਨੂੰ ਨਜ਼ਰਬੰਦ ਕਰਕੇ ਲਾਹੌਰ ਕੋਟਲਾਬਾਦ ਜੇਲ੍ਹ ਵਿੱਚ ਭੇਜ ਦਿੱਤਾ। ਸਾਹੀਵਾਲ ਵੀ ਮੈਨੂੰ ਭੇਜਿਆ। ਅਖੀਰਕਾਰ ਇਹਨਾਂ ਨੇ 1.25 ਸਾਲ 1.5 ਸਾਲ ਬਾਅਦ ਮੇਰਾ ਮਿਲਟਰੀ ਕੋਰਟ ਮਾਰਸ਼ਲ ਕਰਕੇ ਅਤੇ ਮੈਨੂੰ 10 ਸਾਲ ਦੀ ਸਜ਼ਾ ਸੁਣਾ ਦਿੱਤੀ। ਇਹ 10 ਸਾਲ ਦੀ ਸਜ਼ਾ ਮੈਂ ਮੀਆਂਵਾਲੀ 'ਚ ਕੱਟ ਰਿਹਾ ਸੀਗਾ ਅਤੇ 1971 ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਜੰਗ ਲੱਗ ਗਈ ਜਿਸ ਦੇ ਵਿੱਚ ਹਿੰਦੁਸਤਾਨ ਨੇ ਕਈ ਪਾਕਿਸਤਾਨੀ ਫੋਰਸ ਦੇ ਆਦਮੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ